ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆਪ ਸਭ ਦਾ? ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ। ਅੱਜ ਮੈਂ ਇੱਕ ਕਮੈਂਟ ਪੜ੍ਹਿਆ, ਉਹ ਕਮੈਂਟ ਹੁਣ ਮੈਨੂੰ ਮਿਲ ਨਹੀਂ ਰਿਹਾ, ਮੈਨੂੰ ਨਹੀਂ ਪਤਾ ਕਿੱਧਰ ਚਲ ਗਿਆ ਉਹ, ਪਰ ਮੈਨੂੰ ਲੱਗਿਆ ਕਿ ਚਲੋ ਮੈਂ ਉਸ ਕਮੈਂਟ ਦਾ ਰਿਪਲਾਈ ਤੁਹਾਨੂੰ ਸਾਰਿਆਂ ਨੂੰ ਦੇ ਦੇਵਾਂ। ਮੈਂ ਇੱਕ ਵੀਡੀਓ ਦੇ ਵਿੱਚ ਗੁੱਸੇ ਦੀ ਗੱਲ ਕੀਤੀ ਸੀ, ਤੁਸੀਂ ਸਾਰਿਆਂ ਨੇ ਦੇਖੀ ਹੋਣੀ ਆ। ਉਹਦੇ ਵਿੱਚ ਸੀਗਾ ਕਿ ਜਦੋਂ ਤੁਹਾਨੂੰ ਗੁੱਸਾ ਆਉਂਦਾ ਆ ਤਾਂ ਤੁਸੀਂ ਉਸ ਵਕਤ ਜਿਸ ਕਾਰਨ ਕਰਕੇ ਤੁਹਾਨੂੰ ਗੁੱਸਾ ਆਉਂਦਾ ਹੈ ਜਾਂ ਜਿਸ ਬੰਦੇ ਨਾਲ ਵੀ ਤੁਹਾਡੀ ਕੋਈ ਅਣਬਣ ਚੱਲ ਰਹੀ ਆ, ਉਸ ਵਕਤ ਕੋਸ਼ਿਸ਼ ਕਰੋ ਕਿ ਤੁਸੀਂ ਉੱਥੋਂ ਟਲ ਜਾਓ। ਅਤੇ ਉਸ 'ਤੇ ਕਿਸੇ ਨੇ ਕਿਹਾ ਕਿ ਜੇਕਰ ਅਸੀਂ ਇੱਕ ਵਾਰ ਟਲ ਜਾਈਏ ਤਾਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਅਸੀਂ ਸੇਮ ਪਰਸਨ ਕੋਲ ਦੁਬਾਰਾ ਜਾਂਦੇ ਹਾਂ ਤਾਂ ਫਿਰ ਤੋਂ ਜਦੋਂ ਉਹੀ ਟੋਪਿਕ 'ਤੇ ਗੱਲ ਹੁੰਦੀ ਹੈ ਤਾਂ ਉਹੀ ਸਿਚੁਏਸ਼ਨ ਫਿਰ ਕ੍ਰੀਏਟ ਹੋ ਜਾਂਦੀ ਹੈ। ਉਸ ਵਕਤ ਕੀ ਕੀਤਾ ਜਾਵੇ? ਦੇਖੋ, ਇੱਕ ਤਾਂ ਮੈਂ ਤੁਹਾਨੂੰ ਇੱਥੇ ਗੱਲ ਦੱਸ ਦੇਵਾਂ ਕਿ ਇਹ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਤੁਹਾਡੀ ਸੋਚ ਆ, ਤੁਹਾਡੀ ਥਿੰਕਿੰਗ ਆ, ਮੂਹਰਲੇ ਬੰਦੇ ਦੀ ਵੀ ਉਸੇ ਤਰ੍ਹਾਂ ਦੀ ਸੋਚ ਹੋਵੇ ਜਾਂ ਸਮਝ ਹੋਵੇ ਉਹਦੇ ਕੋਲ ਉਨੀ ਜਿੰਨੀ ਤੁਹਾਡੇ ਕੋਲ। ਦੂਜੀ ਗੱਲ, ਜ਼ਿਆਦਾ ਉਮਰ ਦੇ ਨਾਲ ਕੋਈ ਜ਼ਿਆਦਾ ਸਮਝਦਾਰ ਹੈ ਇਹ ਵੀ ਜ਼ਰੂਰੀ ਨਹੀਂ ਹੈਗਾ ਗਾ। ਕਈ ਵਾਰ ਕੋਈ ਛੋਟੀ ਜਿਹੀ ਉਮਰ ਦੇ ਵਿੱਚ ਵੀ ਬੜੀਆਂ ਸਮਝਦਾਰੀ ਵਾਲੀਆਂ ਗੱਲਾਂ ਕਰਨ ਲੱਗ ਜਾਂਦਾ। ਸਾਨੂੰ ਇਹ ਚੀਜ਼ ਸਮਝਣ ਦੀ ਲੋੜ ਆ ਕਿ ਉਹਨਾਂ ਦੀ ਸੋਚ ਅਤੇ ਸਮਝ ਸਾਡੇ ਤੋਂ ਵੱਖ ਆ ਅਤੇ ਸਾਡੀ ਸੋਚ ਸਮਝ ਵੱਖ ਆ। ਜਿਸ ਨਜ਼ਰੀਏ ਨਾਲ ਤੁਸੀਂ ਸੋਚ ਰਹੇ ਹੋ, ਮੂਹਰਲਾ ਬੰਦਾ ਉਸ ਨਜ਼ਰੀਏ ਨਾਲ ਉਸ ਗੱਲ 'ਤੇ ਨਹੀਂ ਦੇਖ ਰਿਹਾ। ਇਹ ਸਮਝਣਾ ਪਊਗਾ ਕਿਉਂਕਿ ਹਰ ਇਨਸਾਨ ਦੀ ਬਣਤਰ ਵੱਖ ਵੱਖ ਆ, ਸੋਚਣ ਅਤੇ ਸਮਝਣ ਦਾ ਤਰੀਕਾ ਵੱਖ ਵੱਖ ਆ। ਸੋ ਸਾਨੂੰ ਇਹ ਵੀ ਸਮਝਣਾ ਪਊਗਾ ਕਿ ਜਿਸ ਨਜ਼ਰੀਏ ਨਾਲ ਮੈਂ ਸੋਚ ਰਿਹਾ, ਹੋ ਸਕਦਾ ਉਹ ਮੂਹਰਲਾ ਬੰਦਾ ਉਸ ਨਜ਼ਰੀਏ ਨਾਲ ਨਾ ਸੋਚਦਾ ਹੋਵੇ। ਸੋ ਕਈ ਵਾਰ ਸਾਨੂੰ ਇਹਨਾਂ ਮਸਲਿਆਂ ਦੇ ਵਿੱਚ ਕਿਸੇ ਨੂੰ ਵਕਤ ਦੇਣਾ ਵੀ ਜ਼ਰੂਰੀ ਹੁੰਦਾ ਗਾ। ਹਰ ਇਨਸਾਨ ਦੀ ਸੋਚ ਅਤੇ ਸਮਝ ਆਪਣੇ ਨਜ਼ਰੀਏ ਨਾਲ, ਆਪਣੀ ਜ਼ਿੰਦਗੀ ਦੇ ਤਜਰਬੇ ਦੇ ਨਾਲ ਬਿਲਕੁਲ ਠੀਕ ਹੁੰਦੀ ਹੈ। ਗਲਤ ਕੋਈ ਵੀ ਨਹੀਂ ਹੁੰਦਾ ਆਪਣੀ ਥਾਂ 'ਤੇ, ਕਿਉਂਕਿ ਜੋ ਵੀ ਉਹਨੇ ਸਿੱਖਿਆ ਆਪਣੀ ਜ਼ਿੰਦਗੀ ਦੇ ਸੰਘਰਸ਼ ਤੋਂ, ਆਪਣੇ ਆਲੇ ਦੁਆਲੇ ਤੋਂ, ਉਹੀ ਉਹਦੇ ਕੋਲ ਆ ਅਤੇ ਉਸੇ ਤਰ੍ਹਾਂ ਦੇ ਉਹਦੇ ਕੋਲ ਵਿਚਾਰ ਬਣ ਚੁੱਕੇ ਨੇਗੇ। ਸੋ ਅਸੀਂ ਜੇ ਇਹ ਕਹਿੰਦੇ ਕਿ ਉਹ ਗਲਤ, ਅਸੀਂ ਸਹੀ ਹਾਂ, ਇਸ ਤਰ੍ਹਾਂ ਨਹੀਂ ਹੁੰਦਾ। ਕਈ ਵਾਰੀ ਇਸ ਤਰ੍ਹਾਂ ਦੀ ਸਥਿਤੀ ਵੀ ਬਣਦੀ ਹੈ ਕਿ ਸਾਨੂੰ ਆਪਣੇ ਆਪ ਨੂੰ ਉਸ ਬੰਦੇ ਦੀ ਥਾਂ 'ਤੇ ਰੱਖ ਕੇ ਮਹਿਸੂਸ ਕਰਨਾ ਪੈਂਦਾ ਹੁੰਦਾ ਕਿ ਜੇ ਮੈਂ ਉਸ ਥਾਂ 'ਤੇ ਹੁੰਦਾ ਤਾਂ ਮੈਂ ਕੀ ਕਰਦਾ। ਇਹ ਵੀ ਹੁੰਦਾ ਕਿ ਜਿੰਨੀ ਸਮਝ ਤੁਹਾਡੇ ਵਿੱਚ ਆ, ਉਨੀ ਡੂੰਘਾਈ ਦੇ ਵਿੱਚ ਸਮਝ ਉਸ ਮੂਹਰਲੇ ਪਰਸਨ ਦੇ ਵਿੱਚ ਨਾ ਹੋਵੇ ਉਸ ਮਾਮਲੇ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੈਦਾ ਹੋ ਜਾਂਦੀਆਂ। ਅਤੇ ਗੱਲ ਕੀ ਆਉਂਦੀ ਹੈ ਕਿ ਜਦੋਂ ਦੁਬਾਰਾ ਤੋਂ ਉਹੀ ਸਥਿਤੀ ਫਿਰ ਕ੍ਰੀਏਟ ਹੋ ਰਹੀ ਹੈ, ਉੱਥੇ ਦੂਜੇ ਬੰਦੇ ਨੂੰ ਵੀ ਸਮਝਣ ਦੀ ਲੋੜ ਆ ਕਿ ਨਾ ਜ਼ਿਆਦਾ ਥੋੜ੍ਹੀ ਜਿਹੀ ਸਮਝ ਦੇ ਨਾਲ ਉਸ ਵਿਸ਼ੇ 'ਤੇ ਜੋ ਵੀ ਤੁਹਾਡਾ ਕੰਫਲਿਕਟ ਚੱਲ ਰਿਹਾ ਗਾ, ਉਸ ਵਿਸ਼ੇ 'ਤੇ ਕਿਸੇ ਨਤੀਜੇ 'ਤੇ ਪਹੁੰਚਿਆ ਜਾਵੇ। ਜੇਕਰ ਇਸੇ ਤਰ੍ਹਾਂ ਵਾਦ ਵਿਵਾਦ ਚੱਲੂਗਾ, ਅਸੀਂ ਉਸ ਵਿਸ਼ੇ ਨੂੰ ਹੋਰ ਵਧਾਉਂਦੇ ਜਾਵਾਂਗੇ ਤਾਂ ਉਸਦੇ ਨਾਲ ਹੋਰ ਐਡ ਹੋਣਗੇ ਤਾਂ ਸਾਡਾ ਜਿਹੜਾ ਉਹ ਮਸਲਾ ਹੈ ਉਹ ਵਿਗੜੂਗਾ। ਸੋ ਜੇਕਰ ਜ਼ਿਆਦਾ ਨਹੀਂ ਤਾਂ ਥੋੜ੍ਹੀ ਜਿਹੀ ਸਮਝ ਵੀ ਦੂਜੇ ਪਾਸੇ 'ਚ ਹੋਵੇ ਤਾਂ ਗੱਲ ਸੁਲਝ ਜਾਂਦੀ ਹੈ, ਪਰ ਜੇਕਰ ਜ਼ੀਰੋ ਸਮਝ ਆ ਤਾਂ ਇੱਕ ਪਾਸੇ ਵਾਲੇ ਬੰਦੇ ਨੂੰ ਹੈਂਡਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ। ਇਹ ਸੱਚ ਆ, ਬਸ ਦੋਨੇ ਧਿਰਾਂ ਦੇ ਵਿੱਚ ਇੰਨੀ ਕੁ ਸਮਝ ਹੋਣੀ ਜ਼ਰੂਰੀ ਹੈ ਕਿ ਇਹ ਜੋ ਵੀ ਸਾਡਾ ਰਿਸ਼ਤਾ ਆ ਇਹਨੂੰ ਅਸੀਂ ਵਿਗੜਨ ਤੋਂ ਬਚਾਉਣਾ ਹੈ। ਜੇਕਰ ਦੋਨੇ ਪਾਸੋਂ ਕੋਸ਼ਿਸ਼ਾਂ ਹੋਣਗੀਆਂ ਤਾਂ ਹੀ ਬਚੂ। ਸੋ ਮੈਂ ਇਹੀ ਕਹਿਣਾ ਚਾਹੂੰਗੀ ਕਿ ਕੋਈ ਵੀ ਗੱਲ ਹੈ ਉਸ 'ਤੇ ਸਮਝਣ ਲਈ ਟਾਈਮ ਲਵੋ, ਟਾਈਮ ਲੱਗ ਜਾਂਦਾ, ਕਿਉਂਕਿ ਕੋਈ ਵੀ ਬੰਦਾ ਹਰ ਮਸਲੇ 'ਚ ਸਮਝਦਾਰ ਨਹੀਂ ਹੁੰਦਾ। ਕਿਸੇ ਦੀ ਸਮਝ ਕਿਤੇ ਵਧੀਆ ਹੁੰਦੀ ਹੈ, ਕਿਸੇ ਦੀ ਸਮਝ ਕਿਤੇ ਵਧੀਆ ਨਹੀਂ ਹੁੰਦੀ। ਸੋ ਦੂਸਰੇ ਬੰਦੇ ਨੂੰ ਸਮਝਣ ਦੇ ਵਿੱਚ ਟਾਈਮ ਲੱਗ ਜਾਂਦਾ ਗਾ, ਜਾਂ ਫਿਰ ਜਦੋਂ ਉਹਨਾਂ ਸਥਿਤੀਆਂ ਦੇ ਵਿੱਚ ਵੀ ਉਹ ਗੋ ਥਰੂ ਹੁੰਦਾ, ਉਹਨੂੰ ਉਦੋਂ ਸਮਝ ਆਉਂਦੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਜੇਕਰ ਦੋਨੇ ਜਾਣੇ ਧਿਆਨ ਦੇ ਵਿੱਚ ਰੱਖਣ ਤਾਂ ਬਹੁਤ ਹੱਦ ਤੱਕ ਤੁਹਾਡੇ ਜਿਹੜੇ ਕਨਫਲਿਕਟ ਪੈਦਾ ਹੁੰਦੇ ਨੇ, ਨਿੱਕੀ ਨਿੱਕੀ ਗੱਲ 'ਤੇ, ਬਹੁਤ ਹੱਦ ਤੱਕ ਉਹ ਸੋਲਵ ਹੋਣਾ ਸ਼ੁਰੂ ਹੋ ਜੂਗਾ, ਕਿਉਂਕਿ ਤੁਹਾਡੀ ਅੰਡਰਸਟੈਂਡਿੰਗ ਵੱਧਦੀ ਜਾਊਗੀ ਇੱਕ ਦੂਜੇ ਪ੍ਰਤੀ। ਅਤੇ ਇੱਕ ਗੱਲ ਲੜ ਬੰਨ ਲਓ,
ਤੁਸੀਂ ਪਰਫੈਕਟ ਨਹੀਂ ਹੈਗੇ, ਮੂਹਰਲਾ ਬੰਦਾ ਪਰਫੈਕਟ ਨਹੀਂ ਹੈਗਾ, ਗਲਤੀਆਂ ਤੁਹਾਡੇ ਤੋਂ ਵੀ ਹੁੰਦੀਆਂ, ਮੂਹਰਲੇ ਤੋਂ ਵੀ ਹੁੰਦੀਆਂ ਨੇ। ਬਸ ਕੋਸ਼ਿਸ਼ ਇਹ ਰੱਖਣੀ ਹੈ ਕਿ ਚਾਹੇ ਗਲਤੀ ਤੁਹਾਡੇ ਤੋਂ ਹੋਈ ਹੈ, ਚਾਹੇ ਮੂਹਰਲੇ ਬੰਦੇ ਤੋਂ ਹੋਈ ਹੈ, ਤੁਸੀਂ ਇਹ ਰਿਸ਼ਤੇ ਨੂੰ ਬਣਾਉਣ 'ਤੇ ਆਪਣਾ 100% ਜ਼ੋਰ ਲਾ ਦੇਣਾ, ਜੇਕਰ ਤੁਸੀਂ ਸੱਚੇ ਦਿਲ ਨਾਲ ਉਹ ਰਿਸ਼ਤਾ ਬਣਾ ਕੇ ਰੱਖਣਾ ਚਾਹੁੰਦੇ ਹੋ। ਪਰ ਇੱਕ ਚੀਜ਼ ਯਾਦ ਰੱਖਿਓ, ਕੋਈ ਵੀ ਰਿਸ਼ਤਾ ਇੰਨਾ ਪਰਫੈਕਟ ਨਹੀਂ ਹੁੰਦਾ, ਰਿਸ਼ਤਿਆਂ ਦੇ ਵਿੱਚ ਨੋਕ ਝੋਕ, ਗਲਤੀਆਂ, ਸਭ ਕੁਝ ਹੁੰਦਾ ਆ। ਬਸ ਜਦੋਂ ਤੁਹਾਡਾ ਮਿਸ਼ਨ ਇਹ ਆ ਕਿ ਰਿਸ਼ਤੇ ਨੂੰ ਅਸੀਂ ਬਣਾ ਕੇ ਰੱਖਣਾ ਹੈ, ਤਾਂ ਫਿਰ ਕੋਈ ਵੀ ਤੁਹਾਡੇ ਰਿਸ਼ਤੇ ਨੂੰ ਨਹੀਂ ਤੋੜ ਸਕਦਾ ਗਾ। ਮੈਂ ਤੁਹਾਨੂੰ ਸਲਾਹ ਦੇ ਰਹੀ ਹਾਂ, ਮੈਂ ਵੀ ਆਪਣੀ ਜ਼ਿੰਦਗੀ ਦੇ ਕੁਛ ਇੱਧਰੋਂ ਉੱਧਰੋਂ ਦੇਖ ਕੇ ਸਮਝ ਕੇ ਉਹਨਾਂ ਗੱਲਾਂ ਦੇ ਵਿੱਚੋਂ ਹੀ ਕੱਢ ਕੇ ਕੁਝ ਨਾ ਕੁਝ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ। ਜੇ ਇਹ ਕਹੋ ਕਿ ਮੈਨੂੰ ਕੋਈ ਜ਼ਿਆਦਾ ਤਜਰਬਾ ਆ, ਉਹ ਵੀ ਗੱਲ ਸੱਚ ਨਹੀਂ ਹੈਗੀ। ਬਸ ਹਾਂ, ਇੱਕ ਚੀਜ਼ ਜ਼ਰੂਰ ਕਹਿਣੀ ਚਾਹੁੰਦੀ ਹਾਂ ਕਿ ਅਸੀਂ ਸਾਰੇ ਇੰਨੇ ਕੁ ਸਿਆਣੇ ਆਮ ਹੀ ਹੁੰਦੇ ਹਾਂ ਕਿ ਸਾਨੂੰ ਸਾਡੇ ਰਿਸ਼ਤਿਆਂ ਨੂੰ ਬਚਾਉਣ ਦਾ ਪਤਾ ਹੁੰਦਾ ਹੈ। ਬਸ ਨਿਗ੍ਹਾ ਆਪਣੇ ਆਪ 'ਤੇ ਵੀ ਮਾਰਿਆ ਕਰੋ ਕਿ ਸਾਡੇ 'ਚ ਕਿੱਥੇ ਗਲਤੀ ਹੈ, ਕੀ ਅਸੀਂ ਜਿਹੜੀ ਇਸ ਗਲਤੀ ਨੂੰ ਕਿਵੇਂ ਸੁਧਾਰ ਸਕਦੇ ਹਾਂ, ਜਾਂ ਫਿਰ ਮੂਹਰਲੇ ਬੰਦੇ 'ਚ ਤੁਹਾਨੂੰ ਕਿੱਥੇ ਲੱਗਿਆ ਕਿ ਉਹਨਾਂ ਨੇ ਤੁਹਾਡੇ ਨਾਲ ਸਹੀ ਨਹੀਂ ਕੀਤਾ, ਉਹਨੂੰ ਕਿਸ ਤਰੀਕੇ ਨਾਲ ਤੁਸੀਂ ਕਹਿਣਾ ਆ, ਉਹ ਸਾਰੀਆਂ ਚੀਜ਼ਾਂ ਵੀ ਬੜੀਆਂ ਧਿਆਨ 'ਚ ਰੱਖਣ ਵਾਲੀਆਂ ਹੁੰਦੀਆਂ ਨੇਗੀਆਂ। ਸੋ ਤੁਹਾਡੇ ਮਨ ਦੇ ਵਿੱਚ ਇਸ ਬਾਰੇ ਕੀ ਵਿਚਾਰ ਨੇ, ਤਾਂ ਆਪਣੇ ਵਿਚਾਰ ਵੀ ਜ਼ਰੂਰ ਲਿਖਿਓ। ਮਿਲਦੇ ਹਾਂ ਜੀ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।